भारतीय जनता पार्टी ने समराड़ा विधानसभा हलका तो रणजीत सिंह गहलेवाल नूं उम्मीदवार ऐलानिया। गहलेवाल ने इस टिकट लई प्रधानमंत्री नरेंद्र मोदी समेत समुची भाजपा लीडरशिप का धन्यवाद करते हुए कहा कि ओह पिंडां अंदर जाके घरां च नुक्कड़ मीटिंगां करनगे, हर बूथ उपर पार्टी नूं मजबूत बनाया जाएगा। उन्होंने कहा कि खेती कानून वापस करन मगरों भाजपा का किसी भी तरह का विरोध नहीं हो रहा है, पिंडां अंदर लगातार मुहिम जारी है, किसी ने उन्हां दा विरोध नहीं किया। समराला हलका की गल करदे उन्होंने कहा कि 75 साल दौरान हलके का कोई भी विकास नहीं होया। रिपोर्ट जन कल्याण टीवी तो पत्रकार हनीश कौशल समराला। ਹੁਣ ਕੀ ਤਿਆਰੀ ਆਪਣੀ? ਤਿਆਰੀ ਤਾਂ ਪਹਿਲਾਂ ਤਾਂ ਅਸੀਂ ਹਾਈ ਕਮਾਂਡ ਸਾਡੇ ਨਰਿੰਦਰ ਮੋਦੀ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਅਮਿਤ ਸ਼ਾਹ ਜੀ ਅਤੇ ਸਾਰੀ ਬੀਜੇਪੀ ਅਸ਼ਵਨੀ ਸ਼ਰਮਾ ਜੀ ਅਤੇ ਹੋਰ ਵੀ ਸਾਰੀ ਬੀਜੇਪੀ ਜੋ ਹਾਈ ਕਮਾਂਡ ਹੈ ਅਸੀਂ ਉਹਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਕ ਕਿਸਾਨ ਦੇ ਬੇਟੇ ਨੂੰ ਪੰਜਾਬ ਦੇ ਵਿੱਚ ਟਿਕਟ ਦਿੱਤਾ। ਹੁਣ ਕੀ ਤਿਆਰੀ ਤੁਹਾਡੀ? ਹੁਣ ਤਿਆਰੀ ਤਾਂ ਅਸੀਂ ਹੁਣ ਮਤਲਬ ਅੱਗੇ ਜਿਸ ਤਰ੍ਹਾਂ ਹਰ ਬੂਥ ਪਿੰਡ ਦੇ ਵਿੱਚ ਅਸੀਂ ਆਪਦਾ ਹਰ ਪਿੰਡ ਦੇ ਵਿੱਚ ਪੰਜ ਪੰਜ ਸੱਤ ਸੱਤ ਘਰਾਂ ਦੇ ਵਿੱਚ ਮਿਲ ਕੇ ਬੂਥ ਦੀ ਤਿਆਰੀ ਕਰੀ ਆ ਜੀ। ਫਿਰ ਮਤਲਬ ਬੂਥ ਅਧਿਕਾਰੀ ਲਾਏ ਪਿੰਡਾਂ ਦੇ। ਤੁਹਾਨੂੰ ਕੀ ਲੱਗਦਾ ਹੁਣ ਜਿਹੜਾ ਕਿਸਾਨ ਅੰਦੋਲਨ ਸੀ ਉਹ ਤੋਂ ਬਾਅਦ ਬੀਜੇਪੀ ਦਾ ਪਿੰਡਾਂ 'ਚ ਵਿਰੋਧ ਹੈਗਾ ਜਾਂ ਨਹੀਂ ਹੈਗਾ? ਨਹੀਂ ਉਹਦੇ ਨਾਲ ਤਾਂ ਕੋਈ ਫਰਕ ਨਹੀਂ ਹੈਗਾ। ਉਹ ਤਾਂ ਜੀ ਇੱਕ ਕਾਨੂੰਨ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਆਪਣੇ ਨਰਿੰਦਰ ਮੋਦੀ ਜੀ ਉੱਪਰ ਸਰਕਾਰ ਨੇ ਬਣਾਈ ਸੀ ਉਹ ਵਾਪਸ ਲੈ ਲਏ ਜੀ, ਉਹਦੇ ਨਾਲ ਤਾਂ ਹੁਣ ਕੋਈ ਵਿਰੋਧ ਨਹੀਂ ਹੈਗਾ ਜੀ। ਅਤੇ ਪਿੰਡਾਂ 'ਚ ਹੁਣ ਕਿਸ ਤਰ੍ਹਾਂ ਰਹੂ, ਤੁਹਾਡਾ ਰਿਸਪੋਂਸ ਕਿਸ ਤਰ੍ਹਾਂ ਰਹੂ ਪਿੰਡਾਂ 'ਚ? ਨਹੀਂ ਸਾਨੂੰ ਤਾਂ ਕੋਈ ਠੀਕ ਆ, ਜਿਸ ਤਰ੍ਹਾਂ ਅਸੀਂ ਪਿੰਡਾਂ ਦੇ ਵਿੱਚ ਅਸੀਂ ਬਿਲਕੁਲ ਕੰਪੈਨਿੰਗ ਕਾਫੀ ਦਿਨਾਂ ਤੋਂ ਕਰ ਰਹੇ ਹਾਂ, ਸਾਨੂੰ ਤਾਂ ਕਿਸੇ ਨੇ ਕੋਈ ਕੁਛ ਨਹੀਂ ਹੈਗਾ ਇਹੋ ਜਿਹਾ। ਕੀ ਅਪੀਲ ਕਰਦੇ ਹੋ? ਅਪੀਲ ਤਾਂ ਅਸੀਂ ਇਹੀ ਕਰਾਂਗੇ ਵੀ ਮਤਲਬ ਵੱਧ ਤੋਂ ਵੱਧ ਸਾਨੂੰ ਵੋਟਾਂ ਪਾਓ ਅਤੇ ਅਸੀਂ ਮਤਲਬ ਜੇ ਸਾਨੂੰ ਮੌਕਾ ਲੋਕ ਦਿੰਦੇ ਨੇ ਤੇ ਉਹ ਜਿਸ ਹਿਸਾਬ ਨਾਲ ਅਸੀਂ। ਤੇ ਸਮਰਾਲੇ ਹਲਕੇ 'ਚ ਕਿਹੜੇ ਮੁੱਦੇ ਜਿਹੜੇ ਤੁਸੀਂ ਲੈ ਕੇ ਜਨਤਾ ਦੀ ਕਚਹਿਰੀ ਜਾਓਗੇ? ਇੱਥੇ ਤਾਂ ਮੁੱਦੇ ਹੀ ਮੁੱਦੇ ਨੇ ਜੀ, 75 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਜੀ, ਅਤੇ ਜਦ ਤੋਂ ਅਸੀਂ ਦੇਖਦੇ ਹਾਂ ਅਸੀਂ ਕਰਮ ਸਿੰਘ ਗਿੱਲ ਤੋਂ ਦੇਖਿਆ ਜੀ, ਇੰਡਸਟਰੀ ਮਿਨਿਸਟਰ ਹੁੰਦੇ ਸੀ ਇੱਥੇ, ਅਤੇ ਉਦੋਂ ਤੋਂ ਅਸੀਂ ਦੇਖਦੇ ਆਉਂਦੇ ਹਾਂ ਪੰਜਾਬ ਆਪਣੇ ਸਮਰਾਲੇ ਦੇ ਅੰਦਰ ਹੋਇਆ ਹੀ ਕੁਛ ਨਹੀਂ। ਤੁਸੀਂ ਦੱਸੋ ਕੀ ਹੋਇਆ ਜੀ, ਤੁਸੀਂ ਵੀ ਇੱਥੇ ਲੋਕਲੇ ਰਹਿਣ ਵਾਲੇ ਹੋ, ਸਾਰੇ ਹੀ ਮੁੱਦੇ ਮੁੱਦੇ ਨੇ। ਜੇ ਸਾਨੂੰ ਲੋਕ ਪਬਲਿਕ ਸਾਨੂੰ ਮੌਕਾ ਦਿੰਦੀ ਹੈ ਤਾਂ ਅਸੀਂ ਪਹਿਲਾਂ ਤਾਂ ਸਮਰਾਲੇ ਦਾ ਜਿਸ ਤਰ੍ਹਾਂ ਸੀਵਰੇਜ ਹੋ ਗਿਆ, ਸੀਵਰੇਜ ਦਾ ਮੁੱਦਾ 75 ਸਾਲ ਤੋਂ ਉਸੇ ਤਰ੍ਹਾਂ ਹੀ ਪਿਆ ਜੀ, ਅਤੇ ਬਾਕੀ ਐਜੂਕੇਸ਼ਨ ਬਾਰੇ ਵੀ ਅਸੀਂ ਕੋਈ ਵੱਡਾ ਕਾਲਜ ਦੀ ਹਾਈ ਕਮਾਂਡ ਨੂੰ ਕਰਾਂਗੇ ਵੀ ਸਾਡੇ ਏਰੀਆ ਦੇ ਵਿੱਚ ਬੰਦ। ਅਤੇ ਜੋ ਪੰਜਾਬ 'ਚ ਨਸ਼ਾ ਫੈਲਿਆ ਹੋਇਆ ਨਾ, ਇਹਦੇ ਲਈ ਤੁਸੀਂ ਕੀ ਕਰੋਗੇ? ਇਹਦੇ ਲਈ ਵੀ ਅਸੀਂ ਵੱਧ ਤੋਂ ਵੱਧ ਕਹਿੰਦੀਆਂ ਤਾਂ ਹਰ ਇੱਕ ਸਰਕਾਰ ਇਹ ਕਹਿੰਦੀ ਆਈ ਆ ਹੁਣ ਤੱਕ, ਅਸੀਂ ਮਤਲਬ ਕਰਕੇ ਦਿਖਾਉਣਾਂਗੇ ਇਹਦੇ 'ਤੇ। ਭਾਰਤੀ ਜਨਤਾ ਪਾਰਟੀ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ ਯੂਟਿਊਬ ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।